ਹਾਂਜੀ ਬਈ ਦੋਸਤੋ ਕੀ ਹਾਲ ਚਾਲ ਆ ਅੱਜ ਵੀਡੀਓ ਲੈ ਕੇ ਆਇਆ ਬਈ ਤੁਹਾਡੀ ਜਾਣਕਾਰੀ ਲਈ ਜੌਂਡੀਅਰ 5050 ਡੀ 4휠 ਡਰਾਈਵ ਇਹ 50 ਹਾਰਸ ਪਾਵਰ ਦਾ ਟਰੈਕਟਰ ਆ ਤੇ ਅੱਜ ਇਹਦੀ ਸਰਵਿਸ ਦੀ ਡਿਟੇਲ ਵੀਡੀਓ ਆ ਇਹ ਪ੍ਰੋਪਰ ਜੌਂਡੀਅਰ ਵਾਲੇ ਕਰਕੇ ਜਾਂਦੇ ਆ ਤੇ ਸਰਵਿਸ ਨੂੰ ਲੈ ਕੇ ਆਪਣੇ ਚ ਹਜੇ ਟਰੈਕਟਰਾਂ ਨੂੰ ਨਾ ਆਪਾਂ ਸੀਰੀਅਸ ਨਹੀਂ ਟਰੈਕਟਰਾਂ ਨੂੰ ਲੈ ਕੇ ਨਾ ਸਰਵਿਸ ਲਈ ਜਿਹੜੀ ਏਜੰਸੀ ਦੀ ਗਾਰੰਟੀ ਹੁੰਦੀ ਆ ਉਹ ਨਜ਼ਰ ਤਾ ਆਪਾਂ ਏਜੰਸੀ ਵਾਲਿਆਂ ਤੋਂ ਕਰਵਾਈ ਜਾਂਦੇ ਆ ਗਾਰੰਟੀ ਲੰਘ ਜਾਂਦੀ ਆ ਤਾਂ ਉਸ ਤੋਂ ਬਾਅਦ ਆਪਾਂ ਅਣਗਿਲੀਆਂ ਕਰਦੇ ਆ ਵੀ ਟਰੈਕਟਰ ਘਟ ਚੱਲੇ ਆ ਜਾਂ ਕੁਝ ਵੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਭਰਾ ਇੱਕ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤੇ ਇੱਕ ਵੀਡੀਓ ਸ਼ੇਅਰ ਕਰ ਦਿਆ ਕਰੋ ਕਿਉਂਕਿ ਸਪੈਸ਼ਲ ਹੀ ਭਾਲ ਕੇ ਜਾਂ ਖੁਦ ਬਣਾ ਕੇ ਮੈਂ ਤੁਹਾਡੇ ਲਈ ਵੀਡੀਓ ਪਾਉਣਾ ਤੇ ਜਾਣਕਾਰੀ ਤੁਹਾਨੂੰ ਪ੍ਰੋਪਰ ਦਿੱਤੀ ਜਾਊਗੀ ਕੋਈ ਵੀ ਵੀਡੀਓ ਹੋਇਆ ਜਿਹੜੀ ਤੁਹਾਡੇ ਲਈ ਫਾਇਦੇਮੰਦ ਹੋਊਗੀ ਤੁਹਾਡੇ ਵਹੀਕਲ ਲਈ ਚਾਹੇ ਕਿਸੇ ਹੋਰ ਚੀਜ਼ ਲਈ ਆ ਦੇਖੋ ਤੁਸੀਂ ਧਿਆਨ ਨਾਲ ਵੀ ਬਾਈ ਕਿੰਨੀ ਤਰੀਕੇ ਨਾਲ ਸਰਵਿਸ ਕਰ ਰਿਹਾ ਇੰਜਨ ਕਾਰ ਦਾ ਹੋਵੇ ਟਰੈਕਟਰ ਦਾ ਚਾਹੇ ਮੋਟਰਸਾਈਕਲ ਦਾ ਤੇ ਚਾਹੇ ਆਪਾਂ ਖੁਦ ਆਪਣਾ ਸਰੀਰ ਹੋਵੇ ਜੇ ਇਹਦੀ ਪ੍ਰੋਪਰ ਸਰਵਿਸ ਸਹੀ ਖਰਾਕ ਇਹਨੂੰ ਮਿਲੂਗੀ ਤਾਂ ਇਹ ਬਈ ਖਰਾਬ ਹੀ ਨਹੀਂ ਹੁੰਦੇ ਕਦੇ ਵੀ ਬਾਕੀ ਜਿਹੜੇ ਅੱਜ ਕੱਲ ਟਰੈਕਟਰ ਆਉਂਦੇ ਆ ਕੱਲਾ ਜੌਂਡੀਅਰ ਨਹੀਂ ਕੋਈ ਵੀ ਟਰੈਕਟਰ ਹਰੇਕ ਬ੍ਰਾਂਡ ਦਾ ਜੇ ਉਹਦੀ ਸਰਵਿਸ ਢੰਗ ਨਾਲ ਹੁੰਦੀ ਆ ਤਾਂ ਕਦੇ ਖਰਾਬ ਨਹੀਂ ਹੁੰਦੇ ਜਿਵੇਂ ਕਾਰਾਂ ਦੇ ਵਿੱਚ ਕੋਈ ਕੰਪਲੇਨਟ ਨਹੀਂ ਆਉਂਦੀ ਇਹ ਤਾਂ ਬੜੇ ਸਿੰਪਲ ਜਿਹੇ ਇੰਜਨ ਹੁੰਦੇ ਆ ਟਰੈਕਟਰਾਂ ਦੇ ਤਾਂ ਕਾਰਾਂ ਦੇ ਫਿਰ ਵੀ ਥੋੜੇ ਕੰਪਲਿਕੇਟਿਡ ਹੁੰਦੇ ਆ ਸਾਰੇ ਫਿਲਟਰ ਇਹ ਹੁਣ ਬਦਲ ਰਿਹਾ ਬੰਦਾ ਮਗਲੈ ਵਾਲ ਇਹਨੇ ਬ੍ਰੇਕ ਬਰੂਕ कसे ਆ ਆ ਜਿਹੜਾ ਵਾਟਰ ਸਪਰੇਟਰ ਹੁੰਦਾ ਹੁਣ ਵਾਟਰ ਸਪਰੇਟਰ ਦੀ ਬਾਲੇ ਬੰਦਿਆਂ ਨੂੰ ਜਾਣਕਾਰੀ ਹੈਣੀ ਵੀ ਇਹ ਇਹਦਾ ਕੀ ਮਤਲਬ ਹੁੰਦਾ ਇਹ ਫਿਲਟਰ ਆ ਜਿਹੜਾ ਡੀਜ਼ਲ ਦੇ ਵਿੱਚੋਂ ਪਾਣੀ ਨੂੰ ਅਲੱਗ ਕਰ ਦਿੰਦਾ ਇਹਦੀ ਸਰਵਿਸ ਟਰੈਕਟਰ ਦੀ ਸਰਵਿਸ ਤੋਂ ਪਹਿਲਾਂ ਹੋਣੀ ਜ਼ਰੂਰੀ ਆ ਜੇ ਤੁਹਾਨੂੰ ਆਪ ਪਤਾ ਤਾਂ ਇਹਦੇ ਚ ਆਪ ਥੱਲੇ ਇੱਕ ਨਟ ਲੱਗਿਆ ਹੁੰਦਾ ਉਹ ਖੋਲ ਕੇ ਆਪਾਂ ਪਾਣੀ ਇਹਦੇ ਚ ਡੋਲ ਸਕਦੇ ਆ ਪਾਣੀ ਇਹਦੇ ਚੋਂ ਖਾਲੀ ਹੋ ਜਾਂਦਾ ਡੀਜ਼ਲ ਫਿਲਟਰ ਆਈ ਸਰਵਿਸ ਤੇ ਜ਼ਰੂਰੀ ਆ ਮਗਲੈਲ ਫਿਲਟਰ ਮਗਲੈਲ ਦੇ ਨਾਲ ਬਦਲਣਾ ਜ਼ਰੂਰੀ ਆ ਕਿਉਂਕਿ ਕਈ ਵਾਰੀ ਆਪਣੇ ਚ ਅੰਗੇਲੀਆਂ ਐਡੀਆਂ ਵੀ ਬਸ ਮਗਲੈਲ ਬਦਲ ਦਿਓ ਤੇ ਮਗਲੈਲ ਫਿਲਟਰ ਦੀ ਤਾਂ ਲੋੜ ਹੀ ਨਹੀਂ ਵੀ ਫਿਲਟਰ ਨੂੰ ਕੀ ਹੁੰਦਾ ਪਰ ਨਹੀਂ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਜਿੰਨਾ ਕਚਰਾ ਲੋਹੇ ਦਾ ਕਸ ਕੇ ਚੈਂਬਰ ਚ ਜਾਵੜਦਾ ਉਹਨੂੰ ਇਹ ਫਿਲਟਰ ਹੀ ਕਲੀਨ ਕਰਕੇ ਮਗਲੈਲ ਨੂੰ ਦੁਬਾਰਾ ਇੰਜਨ ਤੇ ਲੈ ਕੇ ਜਾਂਦਾ ਤੇ ਐਵੇਂ ਡੀਜ਼ਲਾਂ ਦੇ ਵਿੱਚ ਕਚਰੇ ਬਹੁਤ ਹੁੰਦੇ ਆ ਜਿਹੜਾ ਆਪਾਂ ਡਰਮ ਚ ਪਾਉਣੀ ਆ ਉਹਦੇ ਤਾਂ ਪੱਕੀ ਗੱਲ ਹੀ ਆ ਵੀ ਤੇਲ ਸਾਫ਼ ਨਹੀਂ ਹੁੰਦਾ ਡਰਮ ਵਾਲਾ ਕਦੇ ਵੀ ਕਿਉਂਕਿ ਆਪਣੇ ਕੋਲੇ ਨਾ ਤਾਂ ਉਹ ਜਿਹੇ ਫਿਲਟਰ ਲੱਗੇ ਹੁੰਦੇ ਆ ਸਿੱਧੀਆਂ ਹੀ ਲੱਗੀਆਂ ਹੁੰਦੀਆਂ ਮਸ਼ੀਨਾਂ ਜਿਹੜੇ ਟਰੈਕਟਰਾਂ ਦੇ ਵਿੱਚ ਪੈਟਰੋਲ ਪੰਪ ਤੋਂ ਹੀ ਤੇਲ ਪੈਂਦਾ ਉਹ ਬਹੁਤ ਘੱਟ ਚਾਂਸ ਹੁੰਦੇ ਆ ਉਹਨਾਂ ਦੇ ਡੀਜ਼ਲ ਫਿਲਟਰ ਖਰਾਬ ਹੋ ਜਾਂਦੇ ਤੇ ਸਮਾਨ ਜਿੰਨਾ ਵੀ ਹੁੰਦਾ ਟਰੈਕਟਰ ਦਾ オリジナル ਵਰਤੋ ਜੋ ਕੰਪਨੀ ਰეკਮੈਂਡ ਕਰਦੀ ਆ ਚਲੋ ਮਗਲੈਲ ਤੁਸੀਂ ਚੰਗਾ ਮਾੜਾ ਪਾ ਸਕਦੇ ਆ ਜੇ ਤੁਹਾਨੂੰ ਨੌਲੇਜ ਹੈ ਤਾਂ ਜਿਹੜਾ ਕੰਪਨੀ ਦਾ ਮਗਲੈਲ ਹੁੰਦਾ ਉਹਦੇ ਤੋਂ ਅਲੱਗ ਵੀ ਪਾ ਸਕਦੇ ਆ ਪਰ ਜਿਹੜੇ ਫਿਲਟਰਸ ਹੁੰਦੇ ਆ ਇਹ ਜੋ ਕੰਪਨੀ ਰეკਮੈਂਡ ਕਰਦੀ ਆ ਫਿਲਟਰ ਹਮੇਸ਼ਾ ਉਹੀ ਵਰਤੋ ਕਿਉਂਕਿ ਟਰੈਕਟਰ ਦੇ ਪਾਵਰ ਦੇ ਹਿਸਾਬ ਨਾਲ ਬਣੇ ਹੁੰਦੇ ਆ ਜਿਵੇਂ 에ਅਰ ਫਿਲਟਰ ਆ 에ਅਰ ਫਿਲਟਰ ਨੂੰ ਤਾਂ ਤੁਸੀਂ ਸੀਜ਼ਨ ਦੇ ਵਿੱਚ ਚਾਰ ਵਾਰੀ ਪੰਜ ਵਾਰੀ 10 ਵਾਰੀ ਵੀ ਕਲੀਨ ਕਰ ਸਕਦੇ ਹੋ ਉਹ ਤੁਹਾਨੂੰ ਪਤਾ ਵੀ ਕਿੰਨੀ ਮਿੱਟੀ ਦੇ ਵਿੱਚ ਟਰੈਕਟਰ ਚੱਲਿਆ ਹੋਇਆ ਤੇ ਕਿੰਨੀ ਕਿਨੇ ਮਿੱਟੀ ਖਿੱਚੀ ਹੋਊਗੀ ਸਾਲ ਦੇ ਵਿੱਚ ਬਈ ਇੱਕ ਵਾਰੀ ਸਰਵਿਸ ਕਰਵਾ ਲਿਆ ਕਰੋ ਕੌਕੀ ਘਟ ਤੋਂ ਘਟ ਚੱਲਣ ਵਾਲੇ ਟਰੈਕਟਰ ਦੀ ਵੀ ਸਾਲ ਡੇਢ ਸਾਲ ਬਾਅਦ ਸਰਵਿਸ ਜ਼ਰੂਰੀ ਹੋ ਜਾਂਦੀ ਹੈ। ਖਾਸ ਕਰਕੇ ਮਗਲੈਲ ਮਗਲੈਲ ਫਿਲਟਰ ਤੇ 에ਅਰ ਫਿਲਟਰ ਇਹ ਤਿੰਨ ਚੀਜ਼ਾਂ ਬਦਲਾ ਲਿਆ ਕਰੋ। ਚਲੋ ਡੀਜ਼ਲ ਫਿਲਟਰ ਤੁਸੀਂ ਵੱਧ ਘਟ ਚੱਲੇ ਤੇ ਸਮੇਂ ਅਨੁਸਾਰ ਬਦਲ ਸਕਦੇ ਆ। ਇਹ ਸਾਰਾ ਵੀਡੀਓ ਤੁਸੀਂ ਪ੍ਰੋਪਰ ਧਿਆਨ ਨਾਲ ਦੇਖਿਓ ਕਿਉਂਕਿ ਜਿੰਨੀ ਡਿਟੇਲ ਇਹਦੇ ਵਿੱਚ ਦਿੱਤੀ ਗਈ ਆ ਇੰਨੀ ਸ਼ਾਇਦ ਹੀ ਕਿਸੇ ਹੋਰ ਵੀਡੀਓ ਦੇ ਵਿੱਚ ਹੋਵੇ ਸਰਵਿਸ ਦੀ ਆ ਹੁਣ ਲਿਫਟ ਹਿੱਸੇ ਦਾ ਵੀ ਇਹਨਾਂ ਨੇ ਟੌਪ ਅਪ ਕੀਤਾ ਤੇ ਆਪਾਂ ਇਹ ਚੀਜ਼ਾਂ ਤੇ ਗੌਰ ਹੀ ਨਹੀਂ ਕਰਦੇਗੇ ਕਿਉਂਕਿ ਇਹ ਵੀ 6 ਮਹੀਨਿਆਂ ਦੇ 6 ਮਹੀਨੇ ਚੈੱਕ ਕਰਨਾ ਚਾਹੀਦਾ ਕਿਉਂਕਿ ਟਰਾਲੀਆਂ ਹੁੰਦੀਆਂ ਜਿਹੜੀਆਂ ਆਪਣੀਆਂ ਲਿਫਟ ਵਾਲੀਆਂ ਉਹਨਾਂ ਦੇ ਵਿੱਚ ਤੇਲ ਵੇਸਟ ਬਹੁਤ ਹੁੰਦਾ ਜਦੋਂ ਆਪਾਂ ਯੂਜ਼ ਕਰਦੇ ਰਹਿੰਦੇ ਆ ਤੇ ਤੇਲ ਘਟ ਜਾਂਦਾ ਬਾਅਦ ਚ ਪਰਫਾਰਮੈਂਸ ਤੇ ਵੀ ਫਰਕ ਪੈਂਦਾ ਹਿੱਸਿਆਂ ਤੋਂ ਬੱਚੋ ਆਵਾਜ਼ਾਂ ਆਉਂਦੀਆਂ ਬਾਕੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਮੇਰਾ ਭਰਾ